एक बार फिर स्वागत है दर्शकों आप जी का। असी तुहानू पिछले दो दिन तो लगातार अगे इस रावी दरिया के ग्राउंड जी तो अपना तस्वीर दिखाईया सन। अज फिर तीसरे दिन आप पहुंचे उस दरिया के उपर, मौके का जायजा लैन कि इसलिए की स्थिति चल रही है। तुम देख सकते हैं कि पिछले दो दिन तो जो पानी बहुत चढ़िया हुआ सी, इस वेल पानी बिल्कुल उतर चुका है। दूसरे पास प्रशासन अधिकारी बिल्कुल उस पार नूं पूर्ण ते लगे हुए ने। आप गलबात करांगे इत्थे प्रशासनिक अधिकारियों नाल कि इस आवाजाई नूं किन्ने चिर विच जिहड़ी प्रभावित होई, किन्ने चिर ते दुबारा स्टार्ट कीता जाएगा। ਰਵਿੰਦਰ ਸਿੰਘ SDO ਮੰਡੀ ਬੋਰਡ ਜੀ। ਸਰ ਜਿਹੜਾ ਪਾੜ ਪਿਆ ਸੀ ਪੂਰਾ ਹੀ ਆ ਰਿਹਾ ਹੈ। ਹਾਂਜੀ, ਕੀ ਕਹਿਣਾ ਚਾਹੁੰਦੇ ਜੀ? ਕੋਈ ਦਿੱਕਤ ਨਹੀਂ ਆਣੀ ਸੀ, ਪਾੜ ਜ਼ਿਆਦਾ ਪਾਣੀ ਆਉਣ ਕਾਰਨ ਪੈ ਗਿਆ ਸੀ ਜੀ। ਹੁਣ ਅਸੀਂ ਲੱਗੇ ਹਾਂ ਜੀ ਪੁਲਿਸ ਦੀ ਮਦਦ ਨਾਲ ਤੇ ਸ਼ਾਮ ਤੱਕ ਜਿਹੜਾ ਰਸਤਾ ਚਾਲੂ ਹੋ ਜਾਵੇ ਜੀ। ਕੀ ਸਰ ਦੁਬਾਰਾ ਫੇਰ ਪੁਲੀਆਂ ਪਾ ਰਹੇ ਹਾਂ ਕਿ ਵਸੇ ਸਥਾਨਕ ਲੋਕਾਂ ਨੇ ਮੰਗੇ ਸੀ ਕਿ ਇੱਥੇ ਇੱਕ ਪੁਲੀ ਬਣ ਜਾਂਦਾ, ਕਿਉਂਕਿ ਬਾਰ-ਬਾਰ ਕਹਿੰਦੇ ਵੀ ਜਦੋਂ ਵੀ ਫਲੱਡ ਆਉਂਦਾ ਤੇ ਇੱਥੋਂ ਜਿਹੜੀ ਹੈ ਟੁੱਟਦੀ ਹੈ। ਹਾਂ ਬਿਲਕੁਲ, ਹੁਣ ਅਸੀਂ ਰਸਤਾ ਚਾਲੂ ਕਰ ਦਾਂਗੇ। ਬਾਕੀ ਸਾਡੇ ਐਕਸ਼ਨ ਸਾਹਿਬ ਕੱਲ ਵੀ ਸਾਰਾ ਦਿਨ ਇੱਥੇ ਰਹੇ ਆ, ਅੱਜ ਵੀ ਆ ਕੇ ਪੱਲੀ ਸਾਈਡ ਬੈਠੇ ਆ। ਉਹ ਫਿਰ ਉੱਚ ਅਧਿਕਾਰੀ ਫੈਸਲਾ ਲੈਣਗੇ ਜੀ ਇਹਦੇ ਬਾਰੇ। ਠੀਕ ਹੈ ਸਰ, ਕਦ ਤੱਕ ਰਸਤਾ ਸਟਾਰਟ ਹੋ ਜਾਏਗਾ? ਅੱਜ ਸ਼ਾਮ ਤੱਕ ਰਸਤਾ ਹੋ ਜਾਏਗਾ ਜੀ। ਠੀਕ ਹੈ ਸਰ, ਥੈਂਕ ਯੂ ਜੀ। ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਪਰਸੋਂ ਤੋਂ ਲੱਗੇ ਹੋਏ ਜੀ ਜੋ ਪਾੜ ਪਿਆ ਸੀ, ਹੈਨਾ? ਹਾਂਜੀ, ਤੇ ਕਾਫੀ ਮਿਹਨਤ ਕਰਕੇ ਤੁਸੀਂ ਲੋਕਾਂ ਨੇ ਇੱਧਰ ਉੱਧਰ ਖੜਿਆ। ਹਾਂਜੀ, ਤੇ ਕਿੰਨੇ ਪਰਸੈਂਟ ਪਾੜ ਜਿਹੜਾ ਪੂਰਾ ਹੋ ਗਿਆ, ਕੀ ਕਹਿਣਾ ਚਾਹੁੰਦੇ? ਨਹੀਂ, ਹੁਣ ਜਿਵੇਂ ਫਸਟ ਕੰਮ ਸੀਗਾ ਜਿਹੜੀ ਲੈਫਟ ਦੇ ਰਾਈਟ ਸਾਈਡ ਦੇ ਜਿਹੜੀ ਵਾਲ ਸੀਗੀ ਉਹ ਬਣਾਈਏ, ਉਸ ਤੋਂ ਬਾਅਦ ਜਿਹੜਾ ਵਿਚਾਲੇ ਦਾ ਕੰਮ ਪੈਚ ਕਰਨ ਵਾਲਾ ਉਹ ਕੰਪਲੀਟ ਹੋਏਗਾ। ਇਨੀਸ਼ਲੀ ਹੁਣ ਅਸੀਂ ਆਲਮੋਸਟ 40-45% ਕੰਮ ਅਸੀਂ ਕੰਪਲੀਟ ਕਰ ਲਿਆ, ਕਿਉਂਕਿ ਆਹੀ ਮੇਨ ਸੀਗਾ ਜਿਹੜਾ ਫਲੋ, ਜਿਹੜੀ ਹੈਡ ਆਨ ਕਹਿੰਦੇ ਆ ਵਾਟਰ, ਉਸ ਸਾਈਡ ਅਸੀਂ ਵਾਲ ਬਣਾ ਕੇ ਫਿਰ ਉਸਨੂੰ ਪੈਚ ਕਰ ਦਾਂਗੇ। ਸਰ ਉਸ ਦਿਨ ਆਪਾਂ ਦੇਖਿਆ ਕਿ ਲੋਕਲ ਪ੍ਰਸ਼ਾਸਨ ਦਾ ਇੰਨਾ ਸਹਿਯੋਗ ਨਹੀਂ ਸੀ, ਹੁਣ ਕਿੰਨਾ ਸਹਿਯੋਗ ਮਿਲ ਰਿਹਾ? ਨਹੀਂ, ਲੋਕਲ ਪ੍ਰਸ਼ਾਸਨ ਨੇ ਬਹੁਤ ਕੱਲ੍ਹ ਸਵੇਰ ਮਾਰਨਿੰਗ ਤੋਂ ਹੀ ਸਾਡੇ ਨਾਲ ਕੰਮ ਕਰ ਰਹੇ ਹੈ, ਅਤੇ ਲੇਬਰ ਸੈਂਡ ਬੈਗਸ ਜੋ ਵੀ ਰਿਕੁਆਇਰਮੈਂਟ ਸੀਗੀ ਉਹ ਆ ਰਹੀ ਹੈ, ਕਿਉਂਕਿ ਇੱਕ ਇਨੀਸ਼ੀਅਲ ਇਹੋ ਜਿਹਾ ਕੰਮ ਹੁੰਦਾ, ਇੱਕ ਵੱਡਾ ਐਫਰਟ ਚਾਹੀਦਾ, ਤਾਂ ਕਰਕੇ ਥੋੜ੍ਹਾ ਜਿਹਾ ਟਾਈਮ ਲੱਗਿਆ। ਬਟ ਅਸੀਂ ਹੁਣ ਸਿੰਕ 'ਚ ਕੰਮ ਕਰ ਰਹੇ ਹਾਂ, ਲੋਕਲ ਪ੍ਰਸ਼ਾਸਨ, ਲੋਕਲ ਐਡਮਿਨਿਸਟ੍ਰੇਸ਼ਨ ਅਤੇ ਫੋਰਸਿਸ ਸਾਰੀਆਂ ਸਿੰਕ 'ਚ ਕੰਮ ਕਰ ਰਹੀਆਂ, ਅਤੇ ਹੁਣ ਵਧੀਆ ਸਪੀਡ ਚੱਲ ਰਹੀ ਹੈ ਕੰਮ ਦੀ। ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ, ਆਵਾਜਾਈ ਦਾ ਜਿਹੜਾ ਹੈਗਾ, ਅਸੀਂ ਕੋਸ਼ਿਸ਼ ਇਹ ਹੈ ਸਾਡੀ ਵੀ ਅੱਜ ਸ਼ਾਮ ਨੂੰ ਜਿਹੜੀ ਜਨਤਾ ਜਿਨ੍ਹਾਂ ਨੇ ਜਾਣਾ ਘਰੇ ਵਾਪਸ, ਸ਼ਾਇਦ ਉਹ ਰਸਤਾ ਯੂਜ਼ ਕਰਕੇ ਜਾਣ, ਇਹ ਸਾਡੀ ਮਤਲਬ ਕੋਸ਼ਿਸ਼ ਰਹੇਗੀ। ਕੁਛ ਮਤਲਬ ਕਨਫਰਮ ਨਹੀਂ ਕਹਿ ਸਕਦੇ, ਬਟ ਹਾਂ ਕੋਸ਼ਿਸ਼ ਰਹੇਗੀ ਬਾਈ ਦੀ ਈਵਨਿੰਗ ਅਸੀਂ ਰੀਸਟੋਰ ਕਰ ਦਈਏ ਇਹਨੂੰ। ਸਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਪੁਲੀਆਂ ਨਾ ਪਾਈਆਂ ਜਾਣ, ਕਿਉਂਕਿ ਪੁਲੀਆਂ ਨੂੰ ਵਧੀਆ ਕਰਕੇ ਜਿਹੜੀ ਸਿਕਿਉਰਿਟੀ ਹੈ ਉਹ ਫਿਰ ਹੀ ਇਸ ਵੇਲੇ ਪ੍ਰਸ਼ਾਸਨ ਨੇ ਪੁਲੀਆਂ ਪਾ ਰਹੇ। ਉਹ ਜਿਹੜਾ ਮੈਟਰ ਆਫ ਕਨਸਰਨ ਹੈਗਾ ਉਹ ਜਿਵੇਂ ਹੁਣ, ਕਿਉਂਕਿ ਮੇਰਾ ਜਿਹੜਾ ਪੋਰਟਫੋਲੀਓ ਹੈ ਉਹਦੇ 'ਚ ਹੈ ਨਹੀਂ ਉਹ, ਹੁਣ ਇਰੀਗੇਸ਼ਨ ਡਿਪਾਰਟਮੈਂਟ ਹੈ ਜਾਂ ਫਿਰ ਡਰੇਨੇਜ ਡਿਪਾਰਟਮੈਂਟ ਹੈ, ਦੇ ਨੋ ਕਿ ਕਿੱਥੇ ਪੁਲੀ ਪਾਣੀ ਹੈ, ਕਿੱਥੇ ਇਹਨਾਂ ਨੇ ਕਲਵਰਟ ਬਣਾਉਣਾ ਹੈ, ਜੋ ਵੀ ਸੈਂਕਸ਼ਨ ਦੇ ਹਿਸਾਬ ਨਾਲ ਹੁੰਦਾ ਉਹ, ਅਤੇ ਆਥੋਰਾਈਜੇਸ਼ਨ ਦੇ ਹਿਸਾਬ ਨਾਲ ਵੀ ਹੁੰਦਾ ਹੈ। ਅਤੇ ਜੇ ਲੋਕਲ ਲੋਕ ਜਿਵੇਂ ਕਹਿ ਰਹੇ ਆ ਵੀ ਪੁਲੀ ਨਾ ਪਾਈ ਜਾਵੇ, ਉਹਦਾ ਜਿਹੜਾ ਕੰਸੀਡਰੇਸ਼ਨ ਹੈ ਉਹ ਸ਼ਾਇਦ ਮੇਰੇ ਹਿਸਾਬ ਨਾਲ SDM ਜਿਹੜੇ ਡਰੇਨੇਜ ਹੈ ਉਹ ਲੈਣਗੇ ਕਾਲ ਮੇਰੇ ਹਿਸਾਬ ਨਾਲ। ਦੇਖੋ ਜਿੱਥੇ ਆਮ ਲੋਕ ਪ੍ਰਭਾਵਿਤ ਹੋਏ ਆ ਉੱਥੇ ਫੌਜ ਵੀ ਪ੍ਰਭਾਵਿਤ ਹੋਈ ਆ, ਕਿਉਂਕਿ ਫੌਜ ਦਾ ਵੀ ਕਨੈਕਟ ਟੁੱਟਾ ਸੀ, ਅਤੇ ਸਰ ਤੁਸੀਂ ਨਹੀਂ ਚਾਹੁੰਦੇ ਕਿ ਪੌਲੀ ਬਣ ਜਾਵੇ, ਪੱਕਾ ਕੰਮ ਹੋ ਜਾਵੇ ਬਾਰ ਬਾਰ ਦਾ? ਨਹੀਂ, ਆਹੀ ਮੈਂ ਹੁਣ ਕੱਲ੍ਹ ਅੱਜ ਸਵੇਰੇ ਵੀ ਮੈਂ SDO ਸਾਹਿਬ ਨਾਲ ਗੱਲ ਕਰ ਰਿਹਾ ਸੀ, ਅਤੇ ਕੱਲ੍ਹ ਵੀ ਜਿਹੜੇ SDO ਸਾਹਿਬ ਆਏ ਸੀ ਉਹਨਾਂ ਨਾਲ ਵੀ ਮੇਰੀ ਇਹੀ ਗੱਲ ਹੋਈ ਸੀ ਵੀ ਆਹ ਜਿਹੜਾ ਹੁਣ ਐਡਹੋਕ ਆਪਾਂ ਕਹਿ ਦੇ ਰਹੇ ਹਾਂ ਵੀ ਹੋਮ ਪਾਈਪ ਪਾ ਕੇ ਆਪਾਂ ਜਿਹੜਾ ਕੰਮ ਕਰ ਰਹੇ ਹਾਂ, ਉਸ ਹਿਸਾਬ ਨਾਲ ਜੇ ਆਪਾਂ ਇੱਕ ਕਲਵਰਟ ਬਣਾ ਦਈਏ ਪ੍ਰੋਪਰ, ਸੋ ਦੈਟ ਅੱਗੇ ਫਿਊਚਰ 'ਚ ਕੋਈ ਪ੍ਰੋਬਲਮ ਨਾ ਆਵੇ, ਉਹਦੇ ਬਾਰੇ ਮੈਂ ਗੱਲ ਕੀਤੀ ਸੀ। ਬਟ ਐਜ ਹੀ ਸੈਡ ਕਿ ਇਹਦਾ ਕੋਈ ਆਥੋਰਾਈਜੇਸ਼ਨ ਦਾ ਕੋਈ ਪ੍ਰੋਬਲਮ ਹੁੰਦਾ ਤਾਂ ਆਥੋਰਾਈਜੇਸ਼ਨ ਦੇ ਹਿਸਾਬ ਨਾਲ ਹੀ ਬਣਦੀ ਹੈ, ਅਤੇ ਮੇਰਾ ਤਾਂ ਰਿਕਮੈਂਡੇਸ਼ਨ ਉਹੀ ਰਹੇਗਾ ਅਜੇ ਵੀ ਕਿ ਜੇ ਕੋਈ ਪਰਮਾਨੈਂਟ ਕੰਮ ਹੋ ਸਕਦਾ ਇੱਕ ਵਾਰੀ ਅਸੀਂ ਇਹਨੂੰ ਰਿਸਟੋਰ ਕਰ ਦਿੰਦੇ ਹਾਂ, ਬਾਅਦ 'ਚ ਜਿਹੜਾ ਡਰੇਨੇਜ ਸਿਸਟਮ ਹੈ ਜਾਂ ਫਿਰ ਇਰੀਗੇਸ਼ਨ ਡਿਪਾਰਟਮੈਂਟ ਹੈ ਇਹ ਆ ਕੇ ਜੇ ਪ੍ਰੋਪਰ ਕਲਵਰਟ ਬਣਾਉਣਗੇ ਤਾਂ ਇਟ ਵੁੱਡ ਬੀ ਆਈ ਥਿੰਕ ਵਧੀਆ ਹੋਏਗਾ। ਇਹ ਸਰ ਕਿੰਨੇ ਫੁੱਟ ਦੱਸੇ ਲੱਗਦਾ ਗੈਪ ਜਿਹੜਾ ਪੈ ਚੁੱਕਾ ਸੀ? ਗੈਪ ਸੀਗਾ ਇਹ ਟੋਟਲ 50 ਫੀਟ ਦੇ ਨੇੜੇ ਤੇੜੇ ਵਿਡਥ, ਅਤੇ ਅਰਾਊਂਡ 20-25 ਫੀਟ ਜਿਹੜੀ ਡੈਪਥ ਸੀਗੀ। ਥੈਂਕ ਯੂ ਜੀ। ਤੁਸੀਂ ਦੇਖਿਆ ਕਿ ਇਸ ਵੇਲੇ ਕੰਮ ਜਿਹੜਾ ਬਿਲਕੁਲ ਜੰਗੀ ਪੱਧਰ 'ਤੇ ਚੱਲ ਰਿਹਾ, ਜੋ ਪਾੜ ਕਰੀਬ 40-45 ਫੁੱਟ ਜਿਹੜਾ ਪਿਆ ਸੀ ਉਸਨੂੰ ਪੂਰਨ ਵਾਸਤੇ ਲੇਬਰ ਜਿਹੜੀ ਪ੍ਰਸ਼ਾਸਨ ਨੂੰ ਲਗਾਈ ਗਈ। ਆਪਾਂ ਇੱਥੇ ਗੱਲ ਕੀਤੀ ਆ ਫੌਜ ਦੇ ਅਧਿਕਾਰੀਆਂ ਨਾਲ ਔਰ ਲੋਕਲ ਪ੍ਰਸ਼ਾਸਨ ਅਧਿਕਾਰੀਆਂ ਨਾਲ, ਉਹਨਾਂ ਦਾ ਕਹਿਣਾ ਹੈ ਕਿ ਇਸ ਪਾੜ ਨੂੰ ਅੱਜ ਸ਼ਾਮ ਤੱਕ ਪੂਰ ਕੇ ਅਤੇ ਬਿਲਕੁਲ ਰਸਤਾ ਜਿਹੜਾ ਆਮ ਵਾਂਗ ਜਿਹੜਾ ਚਾਲੂ ਕੀਤਾ ਜਾਵੇਗਾ। ਰਾਵੀ ਦਰਿਆ ਤੋਂ ਆਸ਼ਕਰ ਅਜਮਾਲਾ ਦੀ ਵਿਸ਼ੇਸ਼ ਰਿਪੋਰਟ।